ਅਸੀਂ ਜਲੂਰ ਪਿੰਡ ਕੰਮ ਕਰਦੇ ਸੀ, ਉਹ ਤੋਂ ਪਹਿਲਾਂ ਇੱਕ ਰੌਲਾ ਪਿਆ ਸੀ ਗੁਰਦੁਆਰੇ 'ਚ, ਦੋ ਦੋ ਮਿੰਟ ਕਰਾਏ ਸੀ ਬੰਦੇ ਨੂੰ ਬੰਨਾਂਗੇ ਟੀਵੀਆਂ ਵੀ ਕੇਬਲਾਂ ਪਾਉਂਦੇ ਨੇ, ਅਤੇ ਉਦੋਂ ਬਾਅਦ ਅਸੀਂ ਅੱਜ ਨੇ ਸਮਝਾਇਆ ਉਹਨਾਂ ਨੂੰ ਵੀ ਅੱਜ ਕੇਬਲਾਂ ਨਹੀਂ ਪਾਉਂਦੇ, ਅਸੀਂ ਸੈਕ ਟਾਈਟ ਕਰਦੇ ਹਾਂ, ਫੋਨ ਨਵੇਂ ਲਾਏ ਨੇ, ਖੁਦ ਤਾਰਾਂ ਉੱਤੇ ਕਰਦੇ ਹਾਂ, ਉਹ ਮੰਨ ਕੇ ਕਹਿੰਦੇ ਕੋਈ ਗੱਲ ਨਹੀਂ। ਬਾਅਦ 'ਚੋਂ ਅਸੀਂ ਤਿੰਨ ਪੋਲਾਂ ਤੋਂ ਬਾਅਦ ਚੌਥੇ ਪੋਲ ਦੇ ਕੰਮ ਕਰਨ ਗਏ ਤਾਂ ਉੱਤੇ ਉਹਨਾਂ ਨੇ ਸਾਨੂੰ ਐਵੇਂ ਲੱਗਾ ਸਾਡੀ ਸਾਡਾ ਖਿਆਲ ਆ ਵੀ ਸੁੱਚ ਲਾ ਕੇ ਕਰੰਟ ਲਾਇਆ ਗਿਆ। ਕਿਹਦੇ ਸ਼ੱਕ ਹੈ ਤੁਹਾਨੂੰ, ਕਿਹੜੀ ਗ੍ਰਿਡ ਪੈਂਦੀ ਹੈ ਨਾਲ? ਸ਼ੱਕ ਤੁਹਾਨੂੰ ਕਿਸੇ 'ਤੇ ਨਹੀਂ, ਹੋਰ ਕੀ ਕਰ ਸਕਦੇ? ਨਹੀਂ ਗ੍ਰਿਡ ਕਿਹੜੀ ਪੈਂਦੀ ਹੈ ਤੁਹਾਨੂੰ? ਨਾ ਜੀ ਪਟਾਲ ਨਹੀਂ ਗਈ, ਇਹ ਸੁਖਪਾਲ ਸਿੰਘ ਹੁੰਦਾ ਸਾਨੂੰ ਭੂਲਾ ਸਿੰਘ ਨਾਲ ਮਜ਼ਾਰੇ ਤੋਂ ਸੀਗੇ, ਜੋ ਕਿ ਲੈਣ ਦਾ ਕੰਮ ਕਰਦੇ ਨੇ, ਅਤੇ ਉਹ ਅੱਜ ਇਹ ਜ਼ਰੂਰ ਪਿੰਡ ਦੇ ਵਿੱਚ ਕੰਮ ਕਰਨ ਗਏ, ਉੱਥੇ ਲੋਕਾਂ ਨੂੰ ਇਤਰਾਜ਼ ਸੀਗਾ ਅਤੇ ਉਹ ਕੰਮ ਕਰਨ ਨਹੀਂ ਦਿੰਦੇ ਸੀਗੇ ਇਹਨਾਂ ਨੂੰ। ਚਲੋ ਇਹਨਾਂ ਨੇ ਉਹਨਾਂ ਨੂੰ ਸਮਝਾ ਕੇ ਕੰਮ ਸ਼ੁਰੂ ਕਰ ਲਿਆ, ਅਤੇ ਉਸ ਤੋਂ ਬਾਅਦ ਇਹ ਕੰਮ ਕਰ ਰਹੇ ਸੀਗੇ, ਦੋ ਤਿੰਨ ਖੰਭਿਆਂ ਦਾ ਕੰਮ ਨਿਬੇੜਤਾ ਇਹਨਾਂ ਨੇ, ਅਤੇ ਜਦੋਂ ਅੱਗੇ ਗਏ ਤਾਂ ਅਚਾਨਕ ਲਾਈਟ ਆ ਗਈ, ਲਾਈਟ ਲੱਗਣ ਕਾਰਨ ਇਹ ਹਾਦਸਾ ਵਾਪਰ ਗਿਆ, ਇਹਦੇ ਕਰਕੇ ਉਹਦੀ ਮੁੰਡੇ ਦੀ ਡੈਥ ਹੋ ਗਈ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਵੀ ਕਿਵੇਂ ਲਾਈਟ ਆਈ ਆ, ਚੱਲ ਇਹਦੀ ਪੂਰੀ ਜਾਣਕਾਰੀ ਸਾਨੂੰ ਮਿਲਣੀ ਜ਼ਰੂਰੀ ਆ ਗਈ, ਕਿਵੇਂ ਜਾਂਚ ਕਰਕੇ ਕਿਵੇਂ ਵੀ ਕੁਛ ਵੀ ਕਰਕੇ ਸਾਨੂੰ ਇਨਸਾਫ ਦੇ ਗਵਰਨਮੈਂਟ ਤਾਂ ਬਿਜਲੀ ਬੋਰਡ ਤੋਂ ਸਰਕਾਰ ਤੋਂ ਹੀ ਇਨਸਾਫ। ਤੁਸੀਂ ਬਿਜਲੀ ਮੁਲਾਜ਼ਮਾਂ ਨੂੰ ਮਿਲੇ, ਉਹ ਕੀ ਕਹਿੰਦੇ ਨੇ? ਉਹ ਤਾਂ ਕਹਿ ਰਹੇ ਨੇ ਵੀ ਅਸੀਂ ਦੇਖ ਰਹੇ ਹਾਂ, ਕਰ ਰਹੇ ਹਾਂ ਕਿ ਕਾਰਵਾਈ ਕੋਈ ਮੌਕੇ ਤੋਂ ਉੱਤੇ ਪਹੁੰਚਿਆ ਨਹੀਂ ਸੀਗਾ। ਇਹ ਮੁੰਡਾ ਠੇਕੇਦਾਰ ਲਵੇ ਕੰਮ ਕਰਦਾ ਸੀ ਬੁੱਟਾ ਸਿੰਘ ਕੋਲ, ਅਤੇ ਪਿੰਡ ਦੇ ਵਿੱਚ ਇੰਪਰੂਵਮੈਂਟ ਦਾ ਕੰਮ ਚੱਲਦਾ ਸੀ, ਅਸੀਂ ਵਰਕ ਆਰਡਰ ਹੋਏ ਹੋਏ ਨੇ, ਉਸ ਤਹਿਤ ਐਸਟੀਮੇਟ ਪਾਸ ਹੈ, ਇਹ ਕੰਮ ਕਰ ਰਹੇ ਤੇ ਇੰਪਰੂਵਮੈਂਟ ਦਾ। ਉੱਥੇ ਕੀ ਹੋਇਆ, ਇਹ ਜਦੋਂ ਕੰਮ ਕਰਦੇ ਸੀ ਚਾਨਚੱਕ ਐਂ ਨਹੀਂ ਪਤਾ ਵੀ ਕਿਵੇਂ ਇਹ ਕਰੰਟ ਲੱਗਿਆ ਜਾਂ ਨਾ ਲੱਗਿਆ, ਉਹ ਤਾਂ ਹਜੇ ਜਾਂਚ ਚੱਲ ਰਹੀ ਹੈ। ਇਹਦਾ ਵਿੱਚ ਉੱਤੋਂ ਪੋਲ ਤੋਂ ਡਿੱਗਿਆ, ਪੋਲ ਤੋਂ ਡਿੱਗਦੇ ਦਾ ਪਤਾ ਲੱਗਿਆ ਸਾਡੇ ਮੁਲਾਜ਼ਮ ਜਾ ਕੇ ਜਿਹੜੇ ਠੇਕੇ 'ਤੇ ਲੱਗੇ ਹੋਏ ਸੀ, ਉਹ ਚੱਕ ਕੇ ਇੱਥੇ ਲਿਆਏ, ਇੱਥੇ ਮੈਨੂੰ ਮੈਸੇਜ ਲੱਗਿਆ, ਮੈਂ ਦਫ਼ਤਰੋਂ ਫੌਰੀ ਤੌਰ 'ਤੇ ਇੱਥੇ ਆਇਆ। ਬਾਕੀ ਜੋ ਅੱਗੇ ਕਾਰਵਾਈ ਚੱਲ ਰਹੀ ਹੈ ਅਸੀਂ ਦੇਖ ਰਹੇ ਹਾਂ। ਨਹੀਂ ਦੇਖੋ, ਜਿੱਥੇ ਸੁੱਚ ਕੱਟੀ ਹੋਈ ਹੈ ਇਹਨਾਂ ਨੇ, ਉਹ ਸੁੱਚ ਅੱਜ ਹੁਣ ਵੀ ਸੁੱਚ ਕੱਟ ਕੇ ਇਹਨਾਂ ਨੇ ਜਿੰਦਾ ਲਾਇਆ ਹੋਇਆ ਸੀ, ਜਿੰਦਾ ਲਾ ਕੇ ਇਹਨਾਂ ਦੀ ਜੇਬ 'ਚ ਚਾਬੀ ਹੈ, ਅੱਜ ਵੀ ਉਹਦਾ ਜਿੰਦਾ ਲੱਗਿਆ ਹੋਇਆ, ਕੋਈ ਕਿਸੇ ਨੇ ਕਿਸੇ ਲਾਈਟ ਨਹੀਂ ਛੱਡੀ, ਕਿਉਂਕਿ 11 KV ਦਾ ਕਰੰਟ ਹੁੰਦਾ, ਜੇ ਲਾਈਟ ਛੱਡੀ ਹੁੰਦੀ ਤਾਂ ਇਹ ਹਾਲਾਤ ਨਹੀਂ ਹੋਣੀ ਸੀ, ਕਿਉਂਕਿ ਹੁਣ ਤਾਂ ਮੂਲੀ ਜਿਹਾ ਕਰੰਟ ਲੱਗਦਾ ਹੈ ਵੀ ਜ਼ਖਮ ਹੋਇਆ ਹੋਇਆ ਪੱਟ 'ਤੇ ਉਹਦੇ, ਉਹ ਦੇਖੋ ਵੀ ਕਦ ਨਾਲ ਹੋਇਆ, ਕੀ ਕਾਰਨ ਲੱਗਦਾ ਫਿਰ, ਕਿਵੇਂ ਹੋਇਆ? ਜੇਕਰ ਕਰੰਟ ਲੱਗਿਆ ਹੋਇਆ ਤਾਂ ਹੋ ਸਕਦਾ ਜਨਰੇਟਰ ਦਾ ਕਿਸੇ ਕਰੰਟ ਆ ਹੋ ਸਕਦਾ ਪਿੰਡ 'ਚੋਂ, ਪਰ ਲਾਈਟ ਛੱਡਣ ਵਾਲੇ ਕੋਈ 1% ਵੀ ਚਾਂਸਿਸ ਨਹੀਂ ਲੱਗਦੇ। ਹਾਂ, ਸਰਕਾਰੀ ਹਸਪਤਾਲ ਲਹਿਰਾ ਤੋਂ ਇੱਕ ਇੰਟੀਮੇਸ਼ਨ ਗਈ ਸੀ ਕਿ ਇੱਕ ਸੁਖਪਾਲ ਸਿੰਘ ਸੁਣਾ ਭੋਲਾ ਸਿੰਘ ਵਾਸੀ ਕਾਲ ਬੰਜਾਰਾ ਦੀ ਡੈੱਡ ਬੋਡੀ ਪਹੁੰਚੀ ਹੈ, ਕਾਰਵਾਈ ਲਈ ਅਸੀਂ ਵੀ ਭੇਜੋ, ਜਿਸ 'ਤੇ ਮੈਂ ਕਾਰਵਾਈ ਲਈ ਪਹੁੰਚਿਆ। ਇੱਥੇ ਆ ਕੇ ਉਸਦੇ ਨਾਲ ਕੰਮ ਕਰਦੇ ਲੇਬਰ ਵਿੱਚ ਬੰਦੇ ਦੇ ਗੁਰਮੁਖ ਸਿੰਘ ਦਾ ਬਿਆਨ ਲਿਖਿਆ ਗਿਆ, ਜਿਸ ਨੇ ਦੱਸਿਆ ਕਿ ਅਸੀਂ ਬਿਜਲੀ ਮਹਿਕਮੇ ਦੇ ਠੇਕੇਦਾਰੀ 'ਤੇ ਕੰਮ ਕਰਦੇ ਹਾਂ, ਲਾਈਨ ਕੱਟ ਕਰਕੇ ਅਸੀਂ 4 ਬੰਦੇ ਲੇਬਰ ਵਾਲੇ 1-1 ਪੋਲ 'ਤੇ ਚੜ੍ਹੇ ਸੀ, ਤਾਂ ਸੁਖਪਾਲ ਸਿੰਘ ਨੇ ਇੱਕ ਆਵਾਜ਼ ਦੇ ਕੇ ਕਹਿ ਸੀ ਵੀ ਕਰੰਟ ਲੱਗਿਆ, ਨਾਲ ਹੀ ਥੱਲੇ ਡਿੱਗਿਆ, ਇਹਦੀ 134 ਦੀ ਕਾਰਵਾਈ ਅਮਲ 'ਚ ਲਿਆ ਰਹੇ ਹਾਂ, ਜੇਕਰ ਕੋਈ ਵੀ ਤੱਥ ਸਾਹਮਣੇ ਆਉਂਦਾ ਤਾਂ ਉਸ ਤਰ੍ਹਾਂ ਦੀ ਕਾਰਵਾਈ ਮੂਵਮੈਂਟ ਕਰੀ ਜਾਵੇ।